ਕਰਿਆ। ਅੱਜ ਤਾਂ ਥਾਪੜੀ ਮਾਰ ਦਿੱਤੀ ਹੈ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਉਮੀਦ ਕਰਦੀ ਮੇਰੇ ਭੈਣ ਭਾਈ ਠੀਕ ਹੋਣਗੇ। ਅਲਹਮਦੁਲਿਲਾ ਅਸੀਂ ਵੀ ਠੀਕ ਹੈ। ਅੱਲਾ ਪਾਕ ਸਾਨੂੰ ਖੁਸ਼ ਰੱਖੇ, ਆਬਾਦ ਰੱਖੇ ਜੀ। ਆਏ ਜਬ ਲੋਕ ਕਰਦੇ ਸ਼ੁਰੂ ਜੀ ਮੇਰੀ ਪਿਆਰੀ ਜੀ ਨੇਕ ਔਰ ਖੂਬਸੂਰਤ ਯੂਟਿਊਬ ਫੈਮਿਲੀ, ਅਸਲਾਮ ਅਲੈਕੁਮ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਸੁਬਹਾ ਸੁਬਹਾ ਦਾ ਟਾਈਮ ਹੈ। ਇਸ ਟਾਈਮ 5:30 ਹੋ ਗਏ, ਸੂਰਜ ਨਿਕਲ ਰਿਹਾ ਬਲਕਿ ਨਿਕਲ ਆਇਆ। ਅਤੇ ਮਾਸ਼ਾਅੱਲਾ ਅੰਮਾ ਜੀ ਸੁਬਹਾ ਦੇ ਉੱਠੇ ਹੋਏ ਸੀ ਅਤੇ ਸੋ ਗਏ, ਅਤੇ ਹੁਣ ਜੀ ਨਾਸ਼ਤੇ ਦਾ ਟਾਈਮ ਹੈ। ਅਤੇ ਨਾਸ਼ਤੇ ਤੋਂ ਬਾਅਦ ਫਿਰ ਨਿਕਲਦੇ ਹਾਂ ਜੀ ਆਪਣੀ ਰੋਜ਼ੀ ਰੋਟੀ 'ਤੇ, ਆਪਣੇ ਕੰਮ 'ਤੇ ਜਿਹੜਾ ਅੱਲਾ ਪਾਕ ਨੇ ਦਿੱਤਾ ਹੋਇਆ। ਅਲਹਮਦੁਲਿਲਾ ਮੁਕੱਦਸ ਝਾੜੂ ਲਾ ਰਹੀ ਹੈ, ਝਾੜੂ ਲਾਉਣ ਤੋਂ ਬਾਅਦ ਫੌਰਨ ਉਹਨੇ ਅੱਗ ਬਾਲ ਕੇ ਰੋਟੀ ਛੋਟੀ ਬਣਾਉਣੀ ਸ਼ੁਰੂ ਕਰ ਦੇਣੀ ਹੈ। ਜੀ ਤੋ ਮੈਂ ਆਪਣੇ ਭੈਣ ਭਾਈਆਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਮੇਰੇ ਭੈਣ ਭਾਈ ਸਾਡਾ ਵਲੌਗ ਦੇਖਦੇ ਨੇ, ਕਿ ਮੈਂ ਅੱਜ ਤੱਕ ਨਹੀਂ ਕਿਹਾ ਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਔਰ ਪੂਰਾ ਵਾਚ ਕੀਤਾ ਕਰੋ ਸਾਡਾ ਵਲੌਗ। ਇਨਸ਼ਾਅੱਲਾ ਤਾਲਾ ਜਦੋਂ ਸਾਡਾ 100K ਸਬਸਕ੍ਰਾਈਬਰ ਹੋਏਗਾ ਨਾ, ਅਸੀਂ ਇੱਕ ਇਹੋ ਜਿਹੀ ਪਾਰਟੀ ਕਰਾਂਗੇ। ਕਿਸੇ ਵੀ ਵਲੌਗਰ ਨੇ ਅੱਜ ਤੱਕ ਇਸ ਤਰ੍ਹਾਂ ਦੀ ਪਾਰਟੀ ਨਹੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਏਗੀ 100K ਸਬਸਕ੍ਰਾਈਬਰ ਪੂਰੇ ਹੋਣ ਤੋਂ ਬਾਅਦ। ਔਰ ਸਭ ਨੂੰ ਰਿਕੁਐਸਟ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਔਰ ਵਲੌਗ ਨੂੰ ਪੂਰਾ ਵਾਚ ਕੀਤਾ ਕਰੋ। ਇਹ ਚਾਰ ਚੀਜ਼ਾਂ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਲਾਜ਼ਮੀ ਕੀਤੀਆਂ ਕਰੋ। ਹਾਂ
ਧਨੀਆ ਮੈਂ ਕਿਹਾ ਹੋਰ ਲਾ ਦੀ, ਅਗਲਾ ਤਾਂ ਹੋਇਆ ਨਹੀਂ, ਉਹ ਬਾਰਿਸ਼ ਪੈ ਗਈ। ਹੁਣ ਪਾਣੀ ਮੈਂ ਲਾ ਤਾਂ ਥੋੜ੍ਹਾ ਸੁੱਕਦਾ ਨਾ, ਫਿਰ ਧਨੀਆ ਹੋਰ ਕਿਹੜੀ ਕਿਆਰੀ ਲਾਉਣੀ ਨਾ, ਇੱਥੇ ਵੀ ਕੋਈ ਚੀਜ਼ ਲਾਵਾਂਗੇ ਇਨਸ਼ਾ ਅੱਲਾ।
ਮਾਸ਼ਾਅੱਲਾ ਜੀ ਮਾਸ਼ਾਅੱਲਾ, ਰੋਟੀ ਬਣ ਗਈ, ਅੰਡਾ ਵੀ ਬਣ ਗਿਆ ਅਤੇ ਮੁਕੱਦਸ ਨੇ ਇਹ ਕਿਹਾ, ਬੇਗਮ ਸਾਹਿਬਾ ਨੇ ਕਿਹਾ ਜੀ ਇਮਰਾਨ ਚਾਹੇ ਤੁਸੀਂ ਬਣਾਓ। ਮੈਂ ਕਿਹਾ ਜੀ ਮੈਂ ਬਣਾ ਲੈਂਦਾ, ਕਿਹੜਾ ਰੋਲਾ ਕਿ ਧੁੱਪ ਸੌਣ ਸਾਹਮਣੇ ਪੈਣ ਲੱਗ ਗਈ, ਕਹਿੰਦੀ ਮੈਨੂੰ ਹੁਣ ਘਬਰਾਹਟ ਹੋ ਰਹੀ ਹੈ ਅਤੇ ਮੈਂ ਚਾਹ ਤੁਸੀਂ ਬਣਾ ਲਓ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਅੱਗ ਬਲਦੀ ਪਈ ਹੈ ਅਤੇ ਜੀ ਹੁਣ ਉੱਤੇ ਰੱਖਦੇ ਹਾਂ ਚਾਹ। ਦੂਸਰਾ ਦੁੱਧ ਕਿੱਥੇ ਪਿਆ? ਦੁੱਧ ਚੁੱਕ ਕੇ ਦੇ ਮੈਨੂੰ, ਹੈ ਅਤੇ ਮੈਂ ਚਾਹ ਉੱਤੇ ਰੱਖਦਾ, ਠੀਕ ਹੈ। ਗੱਲ ਥੈਂਕ ਯੂ ਦੀ ਨਹੀਂ ਹੈਗੀ, ਗੱਲ ਇਹ ਹੈ ਕਿ ਮਿਲ ਜੁਲ ਕੇ ਕੰਮ ਕਰ ਲੈਣਾ ਚਾਹੀਦਾ। ਚਾਹ ਬਣਾਉਣ 'ਚ ਕੋਈ ਹਰਜ ਨਹੀਂ, ਆਪਾਂ ਬਣਾ ਲੈਂਦੇ ਹਾਂ, ਨਾਲੇ ਮੈਂ ਆਪਣੀ ਮਰਜ਼ੀ ਦੀ ਬਣਾਵਾਂਗਾ, ਮਿੱਠਾ ਪੱਤੀ ਠੋਕ ਕੇ। ਅਸਲ ਤਾਂ ਗੱਲ ਇਹਨੇ ਕਿ ਮਿੱਠਾ ਰੋਕ ਕੇ ਪੱਤੀ ਠੋਕ ਕੇ, ਜਾਂ ਦੋਨੇ ਚੀਜ਼ਾਂ ਹੀ ਠੋਕ ਕੇ ਪਾਓ, ਕੜਾਕੇਦਾਰ ਚਾਹ ਬਣੇਗੀ। ਅੱਗ ਮਾਸ਼ਾਅੱਲਾ ਜੀ ਸੁੱਕੀਆਂ ਲੱਕੜੀ ਆਪੇ ਜਲ ਰਹੀ ਹੈ, ਬਰਤਨ ਆਓ ਪੈਣ ਚਾਹ ਦੇ। ਚੀਨੀ ਵੱਡੇ ਚਮਚ ਨਾਲ ਪਾਈ ਸੀ ਕਿ ਛੋਟੇ ਚਮਚ ਨਾਲ? ਚੀਨੀ ਵੱਡੇ ਚਮਚ ਨਾਲ। ਕਿਉਂ? ਵੱਡੇ ਚਮਚ ਨਾਲ ਚੀਨੀ ਤੇਜ਼ ਹੋ ਜਾਂਦੀ। ਕਿੰਨੀ ਤੇਜ਼ ਹੋ ਜਾਂਦੀ? ਚਲੀ ਜਾਂਦੀ ਫੈਸਲਾਬਾਦ ਦੀ ਲਾਹੌਰ ਤੱਕ, ਇੱਥੇ ਹੀ ਰਹਿਣੀ ਚੀਨੀ ਕਿੰਨੀ ਤੇਜ਼ ਹੋਣੀ? ਮੇਰਾ ਤਜਰਬਾ ਹੈਗਾ, ਅੱਛਾ, ਜਿੰਨੀ ਦੇਰ ਬਾਹਰ ਗੁਜ਼ਾਰੀ ਹੈ ਨਾ ਸ਼ਹਿਰਾਂ 'ਚ, ਇੰਨਾ ਕੁ ਅੰਦਾਜ਼ਾ ਹੈਗਾ ਕਿ ਭਾਵੇਂ ਇਹਦੇ ਨਾਲ ਵੀ ਪਾਵਾਂ, ਡੂੰਘੇ ਨਾਲ ਵੀ, ਅਤੇ ਫਿਰ ਵੀ ਪਤਾ ਹੋਏਗਾ ਕਿ ਚੀਨੀ ਪੂਰੀ ਹੈ ਜਾਂ ਘੱਟ ਹੈ ਜਾਂ ਤੇਜ਼ ਹੈ। ਬਣਾ ਬਣਾ। ਬਸ ਕਰ, ਰੁਕ ਜਾ ਰੁਕ ਜਾ ਰੁਕ ਜਾ, ਥੱਲੇ ਰਹਿ। ਉੱਧਰ ਸੇਕ ਹੀ ਬਹੁਤ ਲੱਗਦਾ, ਮੈਂ ਕਹਿੰਦੀ ਵੀ ਥੋੜ੍ਹੀ ਬਹੁਤ ਹਵਾ ਆ ਰਹੀ ਨਾ ਇੱਧਰੋਂ ਆਉਂਦੀ, ਉਹ ਇੱਧਰੋਂ ਸੇਕ ਲੈ ਜਾਂਦੀ। ਅਲਹਮਦੁਲਿਲਾ ਜੀ ਮੇਰੀ ਚਾਹ ਪੱਕ ਗਈ ਹੈ, ਮੁਕੱਦਸ ਚਾਹ ਲਾ ਲਈ, ਹੁਣ ਸੁੱਕ ਜਾਣੀ ਹੈ। ਰੋਟੀ ਉੱਥੇ ਲੈ ਜਾ, ਉਹ ਉੱਥੇ ਚਾਰ ਪਾਈ ਤੇ। ਲਓ ਜੀ ਪਹਿਲੇ ਪੱਖਾ ਅੰਦਰ ਰੱਖ ਦਿੱਤਾ ਸੀ, ਅਤੇ ਫਿਰ ਜਿਹੜੀ ਹਾਲਤ ਹੋਈ ਪਈ ਪਸੀਨੇ ਨਾਲ, ਫਿਰ ਮੈਂ ਪੱਖਾ ਬਾਹਰ ਕੱਢ ਲਿਆ ਤਾਂ ਕਿ ਪੱਖੇ ਅੱਗੇ ਬਹਿ ਕੇ ਖਾਣਾ ਖਾ ਸਕੀਏ, ਕਿਉਂਕਿ ਗਰਮੀ ਬਹੁਤ ਹੋ ਗਈ, ਹਵਸ ਬਹੁਤ ਹੋ ਗਈ। ਸੁਬਾਹ ਸੁਬਾਹ ਮਹੀਨਾ ਡੇਢ ਹੀ ਹੈਗਾ, ਇਨਸ਼ਾ ਅੱਲਾਹ ਉਸ ਤੋਂ ਬਾਅਦ ਮੌਸਮ ਥੋੜ੍ਹਾ ਜਿਹਾ ਚੇਂਜ ਹੋ ਜਾਏਗਾ, ਠੰਡਾ ਹੋਣਾ ਸ਼ੁਰੂ ਹੋ ਜਾਏਗਾ। ਮਾਸ਼ਾਅੱਲਾ ਜੀ ਅੰਮਾ ਜੀ ਨੇ ਵੀ ਰੋਟੀ ਦੇ ਦਿੱਤੀ ਰੱਖ ਲਿਆ ਵਾ, ਅਤੇ ਦੂਸਰਾ ਨਾ ਬਿਸਮਿਲਲਾ ਕਰਦੇ ਨਾਸ਼ਤੇ 'ਤੇ, ਇਮਰਾਨ ਆ ਜਾਓ ਨਾਸ਼ਤਾ ਲਗਾ ਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਚੈੱਕ ਵੀ ਤੈਨੂੰ ਕਰਾਇਆ ਨਾ, ਬਣਾਇਆ ਵੀ ਤੂੰ ਤੇ ਚੈੱਕ ਵੀ ਤੈਨੂੰ ਕਰਾਇਆ। ਬਿਸਮਿਲਲਾਹ।
ਕਿੱਧਰ ਗਏ ਅੰਮੀ? ਰੋਟੀ ਠੰਡੀ ਹੋ ਜਾਣੀ। ਚੰਗਾ ਅੰਮੀ ਫਿਰ ਦੁਆ ਕਰਿਆ। ਆਖ ਤਾਂ ਅੱਜ ਤਾਂ ਥਾਪੜੀ ਮਾਰ ਦਿੱਤੀ ਹੈ। ਚੰਗਾ ਮੈਡਮ, ਮਿਲਦੇ ਹਾਂ ਸ਼ਾਮ ਨੂੰ। ਹੈਂ ਉਮੀਦ ਕਰਦੀ ਹਾਂ ਮੇਰੇ ਭੈਣ ਭਾਈ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਏ ਤੇ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾਹ ਹਾਫਿਜ਼, ਔਰ ਸਾਨੂੰ ਵੀ ਦੁਆਵਾਂ 'ਚ ਯਾਦ ਰੱਖਿਓ।